ਇੱਥੇ ਮੋਬਾਈਲ ਕੋਲ ਤਾਂ ਸਾਡੇ ਕੋਲ ਰਾਜਪੂਤ ਹੀ ਸਦਣਾ ਤਸਵੀਰ ਦੇ ਦੇ ਔਰ ਚੰਗਾ ਕਰੇ ਸੀ ਤਾਂ ਬਣਾ ਤੁਸੀਂ ਜਿਹੜੀ ਪਰਚੀ ਨਿਕਲੀ ਕਿਉਂ ਨੀ ਕਰਾਏ ਪਹਿਲਾ ਬਾਲ ਡਿਲੀਵਰ ਹੋ ਚਾਹਤਾ ਹੈ ਦਾਊਦ ਪਠਾਨ ਹੈ ਬਾਲਰ ਸਾਹਮਣਾ ਕਰੇਂਗੇ ਕਿਹੜਾ ਬੈਟਸਮੈਨ ਦੂਆ ਕਿਹੜਾ ਕਿਹੜਾ ਪਹਿਲਾ ਕਿਹੜਾ ਲੱਡੂ ਓਪਨਰ ਜੀ ਅਲੀ ਔਰ ਲੱਡੂ ਓਪਨਿੰਗ ਜੋੜੀ ਪਹੁੰਚ ਚੁੱਕੀ ਹੈ ਦਾਊਦ ਪਹਿਲਾ ਓਵਰ ਡਿਲੀਵਰ ਕਰੇਂਗੇ ਪਾਂਚ ਓਵਰ ਪਰ ਮੁਸ਼ਤਮਿਲ ਮੈਚ ਜੀ ਹਮਾਰੇ ਸਾਥ ਬੈਠੇ ਹੈ ਚੌਧਰੀ ਕਫੀਲ ਸਾਹਿਬ ਜੋ ਕਿ ਓਨਰ ਹੈ ਗੁਜਰ ਕਿੰਗ ਕੇ ਦਾਊਦ ਪਹਿਲਾ ਬਾਲ ਡਿਲੀਵਰ ਕਰੇਂਗੇ ਸ਼ਾਟ 6 ਰਨਸ ਕੇ ਲੀਏ ਐਕਸਟਰਾ ਕਵਰ ਕੇ ਉੱਪਰ ਪਹਿਲੀ ਬਾਲ ਪੇ 6 ਰਨਸ ਕੇ ਲੀਏ क्या कहने हैं आज माजरत खान है कमेटी से भी और शायकी ने क्रिकेट से भी ये चौधरी औनाबाद चट्टा से हमारी बात थी ऐसे जो साथ थे लेकिन वो सरकारी मसरूफियत के बायस नहीं आ सके एक और शॉट दूसरा छक्का अच्छी बैटिंग का मुजहर अली की तरफ से आते ही पहली दो बालों पे दो लगातार छक्के झाड़ दिए अच्छी बैटिंग अली की तरफ से पहली ही दो बालों पे दो लंबे तिरंगे छक्के दाऊद जो के काफी अच्छे बॉलर जरूर हैं लेकिन आगे अली अच्छी बैटिंग का मुजाहरा जी अगला बाल करेंगे दाऊद एक और शॉट कैच पकड़े जाएंगे लेकिन फील्डर काफी सोए रहे चार रन के लिए एक चांस मिलता हुआ अली को बिल्कुल सोए रहे बॉलर कैच ले सकते थे एक चांस मिलता हुआ अली को तीन गेंदे अभी तक हुई हैं और तीन बाउंड्री आ चुकी हैं दो छक्के और एक चौका अच्छी बैटिंग का मुजहर अली की तरफ से पहला क्वार्टर मैच शाहजेब क्रिकेट टूर्नामेंट अगला बाल करेंगे एक दफा एज निकला कीपर है गेंद के पीछे एक रन था दूसरा रन लेने में कामयाब ਜੀ ਚਾਰ ਗੇਂਦੇ ਹੋ ਚੁੱਕੀਆਂ ਹੈ ਬਰਤਵ ਸਕੋਰ ਹੈ 18 ਰਨ ਬਣ ਚੁੱਕੇ ਹੈ ਔਰ ਚਾਰ ਗੇਂਦੇ ਅਭੀ ਤੱਕ ਅੱਛੀ ਐਵਰੇਜ ਸੈੱਟ ਕਰ ਚੁੱਕਾ ਹੈ ਪਹਿਲਾ ਹੀ ਓਵਰ ਹੈ ਜਾਰੀ ਅੱਛੀ ਬੈਟਿੰਗ ਕਾ ਮੁਜ਼ਾਹਰਾ ਅਲਬਾਸ ਟੈਗਰ ਕੀ ਤਰਫ ਸੇ ਅਗਲਾ ਬਾਲ ਦਾਊਦ ਕਰੇਂਗੇ ਅਭੀ ਤੱਕ ਕਾਫੀ ਮਹਿੰਗਾ ਸਾਬਿਤ ਹੋਤੇ ਹੋਏ ਇਸ ਦਫਾ ਲੰਬਾ ਬਾਲ ਕੀਆ ਅੱਛੀ ਲੈਂਥ ਕੇ ਸਾਥ ਬਾਲ ਕੀ ਔਰ ਇਸ ਦਫਾ ਗੇਂਦ ਡਾਟ ਕਰਾਨੇ ਮੇ ਕਾਮਯਾਬ ਹੋਏ ਦਾਦ ਕੀ ਕਮੀ ਨਹੀਂ ਹੋਈ ਚਾਹੇ ਬੋਲਰ ਹੋ ਚਾਹੇ ਬੈਟਸਮੈਨ ਹੋ ਚਾਹੇ ਫੀਲਡਰ ਹੋ ਡਾਕਟਰ ਦੋ ਕੁਰਸੀ ਸਮਝ ਗਏ ਉਹਨੇ ਆਪਣੇ ਇਲਾਕੇ ਤੱਕ ਜਾਣੇ ਤੱਕ ਕਵਰ ਕਰਨ ਦੀ ਗੇਂਦ ਵੇਖਣ ਦੇ ਜਗ੍ਹਾ ਤੇ ਗਏ ਥੇ ਅਗਲੀ ਵਾਰੀ ਕੀ ਕਹਿੰਦੇ ਬਈ ਆਲਾ ਮੈਂ ਨਾਮ ਲੈ ਸਕਦਾ ਰਮਜ਼ਾਨ ਕਲੇ ਦਾ ਕੀ ਇੰਤਜ਼ਾਮਾਤ ਆਪਣੀ ਛਤਰੀ ਆ ਲਾਭ ਗਏ ਅਪਰੀਸ਼ੀਏਟ ਕਰ ਰਹੇ ਆ ਰਹੇ ਸਾਰੇ ਆਪ ਲੋਗੋ ਨੂੰ ਜੀ ਆਖਰੀ ਬਾਲ ਡਿਲੀਵਰ ਕਰੇਂਗੇ ਦਾਊਦ ਆ ਗੇਂਦ ਕੀ ਫੋਲ ਟਾਸ ਗੇਂਦ ਅੰਪਾਇਰ ਇਸ਼ਾਰਾ ਨੋ ਬਾਲ ਦੋ ਰਨ ਦਾ ਇਜ਼ਾਫਾ ਸਕੋਰ ਗੇਂਦ ਕੌਣ ਦਾ ਹੈ 20 ਰਨ ਵੱਧਦਾ ਹੋਇਆ ਸਕੋਰ ਕਾਫੀ ਮਹਿੰਗਾ ਗਰਮੀ ਹੋ ਗਈ ਜੀ ਸਹੀ